ਖੁਸ਼ੀ ਵੀ ਹੈ ਜ਼ਮੀਨ ਤੁਸੀਂ ਸਾਰੇ ਸਮਝਦੇ ਹੋ ਪਰ ਖੁਸ਼ੀ
ਗੇਜ ਕਰਦੀ ਹੈ ਕਿ ਨੜਿਨਵੇਂ ਸਾਲ ਦੀ ਬਜਾਏ ਸਰਦਾਰ ਰਜਾ ਸਿੰਘ ਜੀ ਨੂੰ ਜਲਦੀ ਜਲਦੀ ਵੱਲੋਂ ਸੌਂਪਣ ਕੀਤਾ ਜਾਣਾ ਹੈ। ਸਰਦਾਰ ਸਿਮਰਜੀਤ ਸਿੰਘ ਦੀ ਮਾਨ ਸੁਨਰੇ ਮਨਾ ਮੁਕਤ ਬਾਰੇ ਪੈਦਾਨ
सुरमानंद भास्कर आय चंद्र बिंब मंगलम सुहाय ससुकाम आओ आज कहते पलक सतगुरु वाहिगुरु जी की फतह श्री भगवती जी सहाय वार श्री भगवती जी की पातशाही दसवीं प्रथम भगवती सिमरकै गुरु नानक लेंदे आए फिर अंगद गौर ते अमरदास रामदास मुई सहाय अर्जन हर गोबिंद नाम सिमराओ श्री हर राय श्री हर कृष्ण ध्याई जिस डिठै सब दुख जाय तेग बहादुर सिमरिया घर नौ निध आवै ताय सब थाई होय सहाय दसवें पातशाह श्री गुरु गोबिंद सिंह साहिब जी सब थाई होय सहाय वाहेगुरु पंजा प्यारिया चौहान सहजा दया चालिया मुक्तिया हठियां जपियां तपियां जिना नाम जपिया बंड के छकिया देग चलाई तेग वाहे देग के अंगिट किता तिना प्यारियां सज्यारियां दी कमाई दा ध्यान करके बोला दे वाहेगुरु जिना सिंघां सिंघणियां ने धरमेत सिस दिते बंद बंद कटाए कुकरियां लुहाइया चकड़ियां ते चढ़े तन आरिया नाम चराए गुरुद्वारियां दी सेवा ले गुरबानियां कीतियां धर्म नहीं हरिया सिखी केसां स्वासां नाम निभाए जिन्हां दी कमाई दा ध्यान करके बोला जे वाहेगुरु वाहेगुरु पंजाब ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾ ਜੇ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਦੇਗ ਫਤਿਹ ਗੁਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਗੁਣ ਵਾਲੇ ਬੋਲਾ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਰੀ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਸਮੂਹ ਗੁਰਦੁਆਰੇ ਗੁਰੂ ਧਾਮ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਇਹ ਨਿਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੇ ਓਟ ਗੁਰੂ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਹਰੀ ਹੈ ਸਤਿਗੁਰੂ ਜੀ ਜਿਹਾ ਤੇਰੇ ਲਿਖਿਆ ਤੇਹਾ ਹੁਕਮ ਗਵਾਰੇ ਕੱਲੇ ਆਵੈ ਨਾਨਕਾ ਸਦੇ ਉੱਠੇ ਜਾਵੇ ਜੇ ਮਹਾਂਮਨ ਅਨੁਸਾਰ ਕੌਮ ਦੇ ਮਹਾਨ ਜੋਧੇ ਸਤਿਕਾਰਯੋਗ ਬਾਪੂ ਆਸਾ ਸਿੰਘ ਜੀ ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਭੇਜੇ ਹੋਏ ਸੰਸਾਰ ਤੇ ਆਏ ਆਪ ਜੀ ਦੇ ਬਖਸੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸੰਸਾਰ ਤੋਂ ਚਲਾਣਾ ਕਰ ਗਏ
ਜਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਪੁੱਛੇ ਪਰਿਵਾਰ ਨੇ ਆਪ ਜੀ ਦਾ ਬਾਣਾ ਮੰਨਦੇ ਹੋਏ ਆਪਣੇ ਗ੍ਰਹਿ ਵਿਖੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਪਵਾ ਕਰਕੇ 3 ਤਰੀਕ ਤੋਂ ਲੈ ਕਰਕੇ ਧੁਰ ਕੇ ਬਾਣੀ ਆਏ ਤਿਨ ਸਕਦੇ ਜਿਤ ਮਿਠਾਈ ਜੀ ਦੇ ਸ੍ਰੀ ਸਾਹਿਬ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਸੇ। ਸਤਿਗੁਰੂ ਸਾਹਿਬ ਜੀਓ ਆਪ ਜੀ ਦੀ ਮਹਾਨ ਕਿਰਪਾ ਹੋਈ ਸ੍ਰੀ ਸਾਹਿਬ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਸਾਹਿਬ ਜੀ ਗੈਰ ਤਰੀਕ ਤੋਂ ਲੈ ਕਰਕੇ ਆਪ ਜੀ ਦੀ ਗੁਰਬਾਣੀ ਗਾਇਨ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ। ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟਾ ਕੀਤੇ ਗਏ ਹਨ। ਆਪ ਜੀ ਨੇ ਅੰਗੀ ਲਾਇਕ ਕਰਨੇ, ਸੇਵਕਾਂ ਦੇ ਲੋਕ ਪ੍ਰਲੋਕ ਪੜ੍ਹਦੇ ਕਰਨੇ, ਇੱਜ਼ਤ ਪੱਤ ਰੱਖਣੇ। ਸਤਿਗੁਰੂ ਸਾਹਿਬ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਗੁਰਦੁਆਰਾ ਜੱਬੜ ਸੰਤਪੁਰਾ ਵਿਖੇ ਵਾਸਤੇ 5100 ਏਕ ਰੁਪਏ ਸੇਵਾ ਕੀਤੀ ਅਤੇ ਬਾਬਾ ਭਾਈ ਮਾਹੀ ਅਤੇ ਬਡਾਲਾ ਮਾਹੀ 2100 ਏਕ ਰੁਪਏ ਸੇਵਾ ਕੀਤੀ ਅਤੇ ਮਹਿਲਾ ਮੰਡਲ ਬਡਾਲਾ ਮਾਹੀ 2100 ਰੁਪਏ ਸੇਵਾ ਕੀਤੀ। ਮਿਡਲ ਸਕੂਲ ਬਡਾਲਾ ਮਾਹੀ ਵਿਖੇ ਵਾਸਤੇ 2100 ਰੁਪਏ ਸੇਵਾ ਕੀਤੀ। ਪ੍ਰਾਇਮਰੀ ਸਕੂਲ ਬਡਾਲਾ ਮਾਹੀ ਵਿਖੇ ਵਾਸਤੇ 2100 ਰੁਪਏ ਸੇਵਾ ਕੀਤੀ ਅਤੇ ਗੁਰੂ ਘਰ ਰਵਿਦਾਸ ਜੀ ਬਡਾਲਾ ਮਾਹੀ ਵਿਖੇ ਵਾਸਤੇ 5100 ਏਕ ਰੁਪਏ ਸੇਵਾ ਕੀਤੀ ਅਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਾਸਤੇ 5100 ਏਕ ਰੁਪਏ ਸੇਵਾ ਕੀਤੀ। ਸਤਿਗੁਰੂ ਸਾਹਿਬ ਜੀਓ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਦੀ ਸੇਵਾ ਹੋਈ, ਖਜ਼ਾਨੇ ਭਰਪੂਰ ਕਰਨੇ, ਕਾਰ ਕੰਕ ਦੂਰ ਕਰਨੇ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰਾਂ ਪ੍ਰਿਆਪਤ ਰੱਖਣਾ। ਸਤਿਗੁਰੂ ਸਾਹਿਬ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਬੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੋ ਕਿਰਪਾ ਭੋਗ ਲਾਵੋ, ਅਨੇਕ ਪ੍ਰਕਾਰ ਭੋਜਨ ਬਹੁ ਪੀਏ, ਬਹੁ ਵਿਅੰਜਨ ਮਿਸ਼ਟਾਏ, ਕਰੀ ਪਾਕਸਾਲ ਸੋ ਪਿਤਰਾ, ਹੁਣ ਲਾਭੂ ਭੋਗ ਕਰ ਲਾਏ, ਭੋਗ ਲੱਗਿਆ ਬੜਾ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਸਾਹਿਬ ਜੀ ਸੇਵਕ ਪਰਿਵਾਰ ਵੱਲੋਂ ਵੇਚਣੀ ਹੋਈ ਰੋਹ ਦੀ ਜਾਤ ਵਿੱਚ ਵਸਤਰ ਅਤੇ ਜੋੜੇ ਵਾਸਤੇ ਮਾਇਆ ਦੀ ਸੇਵਾ ਹਾਜ਼ਰ ਹੈ, ਜਿਨ੍ਹਾਂ ਖਜ਼ਾਨਿਆਂ 'ਚੋਂ ਵਸਤਰਾਂ ਦੀ ਸੇਵਾ ਆਈ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਕ ਦੂਰ ਕਰਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਰਤ ਫੁਰ ਭੇਟਾਂ ਦਰ 'ਤੇ ਪ੍ਰਵਾਨ ਕਰਨੀਆਂ, ਕਦਮ ਕਦਮ ਚੱਲਿਆ ਲੇਖਿਆ ਚਲਾਉਣਾ, ਆਪਣੇ ਦਰਮ ਕਰੋ ਸਿੱਖੀ ਸਿੱਖ ਭਰੋਸਾ, ਨਾਮ ਦਾਨ ਦੀਆਂ ਦਾਤਾਂ ਬਖਸ਼ਣੀਆਂ, ਕਰੋ ਕਿਰਪਾ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ, ਸੰਗਤਾਂ ਨੂੰ ਕਰਤਾਰਥ ਕਰੋ, ਹੁਕਮਾਂ ਦੇ ਚੱਲਣ ਦੀ ਸਮਰੱਥਾ ਬਖਸ਼ਣੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਵਜਿਆ ਤੇਰਾ ਨਾਮ ਚੱਲਿਆ ਹੈ, ਨਾਨਕ ਨਾਮ ਚੜ੍ਹਦੇ ਕਲਾ ਮਨ ਮੇਰੇ
मन ध्याए हर जन्म जन्म के सब दुख निवारण हारा रहाउ तोर भगत जना को बख्शिया हर अमृत भगत भंडारा मूर्त होवे सो उनकी रीस करे तिस हरत पलत मोह कारा से भगत से सेवका जिन्ना हर नाम प्यारा दिन की सेवा ते हर पाई है सिर निंदक कै पवे चारा जिस घर विरते सोई जाने जगत गुरु नानक पूछ करो बिचारा जो पीढ़ी आर जुगाद बतीती किने ना पायो हर सेवक पाए निस्तारा जिस घर विरते सोई जाने जगत गुरु नानक पूछ करो बिचारा जो पीढ़ी आज जुगाद बखीती किने न पायो हर सेवक पाए निस्तारा जो आए मैं तो नहीं जानते आओ वो भी
ਇੱਥੇ ਆਏ ਨੂੰ ਭਰੀ ਕੁਛ ਕਹਿਣ ਨੂੰ ਕਰਦੇ ਆ ਗੁਰੂ ਕੀ ਸੰਗਤ
ਅਸੀਂ ਸਾਰੇ ਪੰਜਾਬੀ ਡਾਕਟਰ ਅਸਰ ਸਿੰਘ ਹੋਰਾਂ ਨੂੰ ਯਾਦ ਕਰਦੇ ਬੈਠੇ ਮਾਨ ਸਾਹਿਬ ਵੀ ਆਏ ਨੇ ਉਸ ਦਿਨ ਜਦੋਂ ਸੰਸਕਾਰ ਸੀ ਕਰਮ ਤੇ ਕਬੂਨਾ ਕਰਮ ਤੇ ਕਬੂਨਾ
ਤੁਸੀਂ ਸਾਰਿਆਂ ਨੂੰ ਧੰਨਵਾਦ ਕਰੂੰਗਾ। ਬਸ ਸਤਿਗੁਰ ਚਾਰ ਮਿੰਟ ਬਾਅਦ ਸਮਾਪਤੀ ਹੈ ਕਿਉਂਕਿ ਬਹੁਤ ਸਾਰੇ ਬੁਲਾ ਰਹੇ ਨੇ। ਆਓ ਲੋਕੀ ਸੰਗਤ ਦੇਖੋ ਸੱਜਣ ਜੀ ਸਿੰਘ ਜੋ ਹੋਵੇ ਸਹਿਬ ਸਿੰਘ ਤੇ ਤੁਸੀਂ ਸਾਰੇ ਜਿਵੇਂ ਅਸੀਂ ਪਹਿਲੇ ਮਹਿਲੇ ਕਵਰ ਗਏ ਜੀ ਆਪਾਂ ਸਵਾਲ ਕਰਦੇ ਸਨ
ਕਿ ਸ਼ਰਧਾਂਜਲੀ ਸਿਰਫ ਸਾਡੀ ਗੁਰੂ ਸਾਹਿਬ ਜੀ ਨੂੰ ਹੈ, ਸ਼ਰਧਾ ਤੇ ਅੰਜਲੀ ਦੋਵੇਂ ਚੀਜ਼ਾਂ। ਸੋ ਬੇਨਤੀ ਹੈ ਕਿ ਕਿਸੇ ਨੇ ਵੀ ਦੂਸਰੀ ਗੱਲ, ਤੁਸੀਂ ਸਾਰੇ ਇਸ ਕਾਰਨ ਕਰਕੇ ਇੱਥੇ ਆਏ ਹੋ ਕਿ ਬਾਪੂ ਜੀ ਦੀ ਸ਼ਖਸੀਅਤ ਬਹੁਤ ਵੱਡੀ ਸੀ, ਇਸ ਕਰਕੇ ਇੱਕ ਦੋ ਸ਼ਬਦਾਂ ਦੀ ਵਾਰ ਵਾਰ ਬੁਲਾਰਿਆਂ ਨੂੰ ਬੇਨਤੀ ਹੈ। ਵੈਸੇ ਤੁਸੀਂ ਸਾਰੇ ਸੂਰੀ ਮਾਨ ਹੋ, ਕਿਉਂਕਿ ਅਕਸਰ ਬੁਲਾਰਿਆਂ ਨੂੰ ਇਹ ਕਿਹਾ ਜਾਂਦਾ ਕਿ ਉਹ ਸ਼ਖਸੀਅਤ ਐਡੀ ਵੱਡੀ ਸੀ। ਆਪਾਂ ਇਸ ਤਰ੍ਹਾਂ ਦੇ ਸ਼ਬਦ ਨਾ ਯੂਜ ਕਰੀਏ, ਆਪਾਂ ਸਾਰੇ ਜੋ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਨਾਲ ਸਮਾਂ ਗੁਜ਼ਾਰ ਰਿਹਾ ਹੈ, ਉਸ ਸਮੇਂ ਦੇ ਵਿੱਚੋਂ ਜੋ ਸਾਡੀਆਂ ਉਹਨਾਂ ਦੇ ਨਾਲ ਕੁਝ ਕੁ ਯਾਦਾਂ ਨੇ ਉਹ ਸਾਂਝੀਆਂ ਕਰੀਏ। ਸੋ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸਰਕਾਰ ਜੋ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਇਹਨਾਂ ਨੂੰ ਕਿ ਆਪ ਜੀ ਮਾਈਕ ਤੇ ਆ ਕਰਕੇ ਕੁਝ ਸਮਾਂ ਗੁਰੂ ਚਰਨਾਂ ਵਿਖੇ ਬੜੇ ਵੈਰਾਗਮਈ ਸਮੇਂ ਦੇ ਜੁੜੇ ਹੋਏ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਪੰਥ ਦੀਆਂ ਨਾਮਵਰ ਸ਼ਖਸੀਅਤਾਂ, ਪੰਥਕ ਸੋਚ ਦੇ ਧਾਰਨੀ ਸਾਰੇ ਗੁਰੂ ਖਾਲਸਾ ਜੀ ਜੁੜ ਬੈਠੇ, ਮਾਈ ਭਾਈ ਗੁਰੂ ਕੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਿਸੇ ਗੁਰਸਿੱਖ ਦੇ ਭੋਗ ਤੇ ਰੱਖੇ ਹੋਏ ਹਾਂ, ਥੋੜੇ ਗੁਰੂ ਪਿਆਰੇ ਕੀਰਤਨ ਲਈ ਸੁਣਾ ਰਹੇ ਸਾਰਿਆਂ ਗੁਰਮੁਖ ਗਿਆਨ ਸਵਾਲ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਫਿਰ ਮੱਲਿਆ। ਇਹ ਸ਼ਬਦ ਬਾਪੂ ਆਸਾ ਸਿੰਘ ਵਰਗੇ ਬਜ਼ੁਰਗਾਂ ਦੇ ਭੁਗਤੇ ਨੇ, ਜਿਹਨਾਂ ਨੇ ਜਦੋਂ ਤੋਂ ਮੈਂ ਉਹਨਾਂ ਦੇ ਦਰਸ਼ਨ ਕਰਨ ਲੱਗਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਗੁਜ਼ਾਰੀਏ। ਗੁਰੂ ਗ੍ਰੰਥ ਅਤੇ ਗੁਰੂ ਪੰਥ ਕੌਮੀ ਸੰਘਰਸ਼ ਹੈ, ਬਿਰਧ ਅਵਸਥਾ ਵਿੱਚ ਵੀ ਕੌਮ ਦੇ ਨੌਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜਿਆ ਅਤੇ ਕੌਮੀ ਸੰਘਰਸ਼ ਦੇ ਅੰਦਰ ਸਰਕਾਰ ਦੇ ਤਸ਼ੱਦਦ ਜ਼ੁਲਮ ਅਤਿਆਚਾਰ ਜੇਲ੍ਹਾਂ ਦੀਆਂ ਕਾਰ ਤੋੜ ਰਹੀਆਂ, ਉਸ ਬਜ਼ੁਰਗ ਨੇ ਝੱਲੀਆਂ, ਇੱਕ ਇੱਕ ਪਲ ਉਹਨੇ ਕੌਮ ਦੇ ਲੇਖੇ ਲਾਇਆ। ਮੈਨੂੰ ਕਈ ਵਾਰ ਇਸ ਅਸਥਾਨ 'ਤੇ ਆ ਕੇ ਕਥਾ ਕਰਨ ਦਾ ਉਹਨਾਂ ਦੇ ਮੌਜੂਦਗੀ ਵਿੱਚ ਬੜਾ ਪਿਆਰ ਕਰਦੇ ਸਨ, ਘਰੇ ਲੈ ਕੇ ਜਾਣਾ, ਲੰਗਰ ਪਾਣੀ ਵਿੱਚ ਪਾਉਣਾ, ਕਿਉਂਕਿ ਮਹਾਂਪੁਰਖਾਂ ਨਾਲ ਵੱਡਿਆਂ ਨਾਲ ਸੀਨਾ ਵਸੀਨਾ ਮਹਾਂਪੁਰਖਾਂ ਨਾਲ ਬੜਾ ਪਿਆਰ ਬਾਪੂ ਜੀ ਦਾ, ਔਰ ਪਿਆਰ ਦੀ ਖਿੱਚ ਬਣੀ ਹੋਈ ਸੀ। ਔਰ ਇਹਨਾਂ ਚੜ੍ਹਦੀ ਕਲਾ ਵਾਲਾ ਜੀਵਨ ਅਤੇ ਨੇਤਰੀ ਬਣਨਾ ਕਿਸੇ ਕਿਸੇ ਗੁਰਸਿੱਖ ਦੇ ਹਿੱਸੇ ਵਿੱਚ ਆਇਆ ਹੈ। ਮੈਂ ਤਾਂ ਨਗਰ ਨਿਵਾਸੀਆਂ ਨੂੰ ਕਈ ਵਾਰ ਬੇਨਤੀ ਕੀਤੀ, ਅੱਜ ਵੀ ਕਰਾਉਣੀ ਚਾਹੁੰਦਾ, ਮੇਰੇ ਵੇਖਣ 'ਚ ਦੋ ਗੁਰਸਿੱਖ ਗੁਰਾਲਾ ਮਾਂ ਜੀ ਨੇ, ਜਿਹਨਾਂ ਨੂੰ ਮੈਂ ਨੇੜੇ ਹੋ ਕੇ ਥੱਕਿਆ ਸੀ ਅਤੇ ਥੱਕਿਆ ਹੈ। ਉਹਨਾਂ 'ਚੋਂ ਇੱਕ ਸੀ ਬਾਪੂ ਆਸਾ ਸਿੰਘ ਜੀ ਬਜ਼ੁਰਗ, ਜਿਹਨਾਂ ਦਾ ਪੂਰਨ ਗੁਰਸਿੱਖੀ ਵਾਲਾ ਜੀਵਨ ਸੀ। ਇੱਕ ਮੈਂ ਵਿਦੇਸ਼ਾਂ ਦੀ ਧਰਤੀ ਥੱਕਿਆ ਭਾਈ ਬਲਦੇਵ ਸਿੰਘ, ਤੁਹਾਡੇ ਨਗਰ ਦੇ ਵਡਾਲਾ ਮਾਂ ਜੀ ਨੇ, ਜਿਹੜੇ ਕੋਈ ਯੂਰਪ ਤੋਂ ਤੁਹਾਨੂੰ ਆਇਆ ਗੁਰਸਿੱਖ ਮਿਲੇਗਾ ਉਹ ਜ਼ਰੂਰ ਕਹੇਗਾ ਵੀ ਮੈਂ ਅੰਮ੍ਰਿਤ ਛਕਿਆ ਅਤੇ ਬਾਬੇ ਬਲਦੇਵ ਸਿੰਘ ਤੋਂ ਛਕਿਆ। ਸਨੀਚਰ ਤੇ ਐਤਵਾਰ ਇੰਗਲੈਂਡ ਚਲੇ ਗਏ, ਅੱਜ ਕੱਲ੍ਹ ਜਰਮਨ ਤੋਂ, ਉੱਥੇ ਕਾਰੋਬਾਰ ਕਰਨਾ ਪਰਿਵਾਰ ਥੱਕਿਆ। ਸਨੀਚਰਵਾਰ ਆਪਣੇ ਸਾਥੀਆਂ ਦੀ ਟੀਮ ਨੂੰ ਲੈ ਕੇ ਤੁਰ ਪੈਣਾ ਹੈ, ਆਪਣੀ ਗੱਡੀ ਹੈ, ਕੋਈ ਤੇਲ ਨਹੀਂ, ਕੋਈ ਕਿਸੇ ਤੋਂ ਪੈਸਾ ਨਹੀਂ, ਸਾਰੇ ਯੂਰਪ
ਫਰਨੀਚਰ ਹੈ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਅਮਰ ਤਾਂ ਚੁਕਾਉਣਾ ਹੈ, ਰਾਤ ਦਿਨ ਚੁਕਾਉਣਾ, ਕੋਈ ਫਰਨੀਚਰ ਐਤਵਾਰ ਮੈਂ ਉਸ ਮਨੁੱਖ ਦੀ ਜ਼ਿੰਦਗੀ 'ਚ ਖਾਲੀ ਨਹੀਂ ਵੇਖਿਆ। ਇਹਦੀ ਗੁਰੂ ਦੀ ਕਿਰਪਾ ਹੈ। ਇੱਕ ਦੋ ਵਾਰ ਬਚਨਾਂ ਦੀ ਸਾਂਝ ਪਈ ਤੇ ਬਚਨ ਵੀ ਸੁਭਾਵਕ ਪਏ ਹੋਏ ਪੂਰੇ ਹੋਏ। ਤਿਆਰ ਪ੍ਰਤਿਆਰ ਸ਼ਬਦ ਹੈ, ਬਹੁਤੇ ਸ਼ਬਦ ਨਹੀਂ। ਉਹਨਾਂ ਦੀ ਮਹਾਨ ਕੁਰਬਾਨੀ ਔਰ ਗੁਰੂ ਕੀ ਕਮਾਈ ਹੋਈ ਸਿੱਖੀ ਤੇ ਪੰਥ ਦੀ ਲੱਗ ਬਣ ਕੇ ਕੀਤੀ ਹੋਈ ਸੇਵਾ, ਅੱਜ ਪੰਥ ਦਾ ਦਰਦ ਰੱਖਣ ਵਾਲੇ ਔਰ ਪੰਥ ਦੀ ਪੀੜਾ ਨੂੰ ਸਮਝਣ ਵਾਲੇ ਜਥੇਬੰਦੀਆਂ ਦੇ ਸਾਰੇ ਆਗੂ ਸਾਹਿਬਾਨ, ਧਾਮੀ ਸਾਹਿਬ ਭਾਈ ਮੋਹਨ ਸਿੰਘ ਜੀ, ਪਰਮ ਸਤਿਕਾਰਯੋਗ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਹੈ, ਜਿਹਨਾਂ ਦਾ ਬੜਾ ਸਨੇਹ ਸੀ ਬਾਪੂ ਆਸਾ ਸਿੰਘ ਸਾਹਿਬ ਨਾਲ, ਉਹ ਵੀ ਵਿਸ਼ੇਸ਼ ਤੌਰ 'ਤੇ ਉਹ ਫਿਰ ਵੀ ਆਏ ਜਿਸ ਦਿਨ ਬਾਪੂ ਜੀ ਦਾ ਸੰਸਕਾਰ ਸੀ। ਅੱਜ ਵੀ ਆਈ ਜਥੇਬੰਦੀ ਆਈ ਹੈ ਔਰ ਵਿਦੇਸ਼ਾਂ 'ਚ ਰਹਿਣ ਵਾਲੇ ਅੱਜ ਵੀ ਪੰਜਾਬ 'ਚ ਪਹੁੰਚ ਕੇ ਅਮੈਰੀਕਾ ਤੋਂ ਤਸ਼ੱਦਦ ਝੱਲਣ ਵਾਲੇ ਹੈ। ਸਰਦਾਰ ਰੇਸ਼ਮ ਸਿੰਘ ਜੀ ਬੈਠੇ ਨੇ ਕੈਲੀਫੋਰਨੀਆ ਵਾਲੇ ਹੈ, ਹੋਰ ਬੜੇ ਬੜੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਕੌਮ ਦੇ ਦਰਦ ਰੱਖਣ ਵਾਲੇ ਹੈ। ਅੱਜ ਬਾਪੂ ਜੀ ਦੇ ਅਰਦਾਸ 'ਚ ਸ਼ਾਮਿਲ ਹੋਣ ਵਾਸਤੇ ਸਾਰੇ ਆਏ ਹੋ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸਤਿਗੁਰੂ ਜੀ ਕਹਿਤ ਕਬੀਰ ਸੁਨਹੋਰੇ ਸੰਤ ਹੋਰ, ਖੇਤ ਹੀ ਕਰ ਹੋਰ ਨਵੇਰਾ, ਅਬ ਕੀ ਬਾਰ ਬਖਸ ਬੰਦੇ ਕਹੋ, ਬਹੁਰ ਨਾ ਭਜਲ ਫੇਰੈ। ਭਾਵੇਂ ਉਹਨਾਂ ਦੇ ਮੇਰਾ ਖਿਆਲ ਪੈਸੀ ਗੁਰੂ ਕੀ ਕਿਰਪਾ ਸੀ, ਪਰ ਫਿਰ ਵੀ ਇਨਸਾਨ ਕਦੇ ਨਾ ਕਦੇ ਭੁੱਲਣ ਵਾਲਾ ਹੁੰਦਾ ਹੈ। ਸਾਨੂੰ ਜੇ ਕਿਤੇ ਜਾਣੇ ਅਣਜਾਣੇ ਗਾਹੇ ਵਗਾਹੇ ਭੁੱਲ ਚੁੱਪ ਹੋ ਗਈ ਹੋਵੇ ਤੇ ਕਿਵੇਂ ਬਚਦੇ ਹੋਏ ਆ, ਉਸ ਮਹਾਨ ਪੰਥਕ ਸੋਚ ਤੇ ਸਾਡੇ ਬਜ਼ੁਰਗ ਨੂੰ ਸਦੀਵ ਸਦੀਵ ਕਾਲ ਆਪਣੇ ਚਰਨਾਂ ਦੀ ਅਭੇਰਤਾ ਰੱਖਣੇ, ਪਿੱਛੇ ਪਰਿਵਾਰ ਨੂੰ ਸਮੁੱਚੇ ਪੰਥ ਨੂੰ, ਭਾਵੇਂ ਨਾਲ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਸਤਿਗੁਰੂ ਇਸ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਬਲ ਵਰਤਣਾ। ਇਹਦੀਆਂ ਬੇਨਤੀਆਂ ਕਰਦਾ ਹੋਇਆ ਰਾਜਸਥਾਨ ਜਾਣਾ ਦੂਰ ਹੈ ਤਾਂ ਪਹਿਲਾਂ ਸਹਿਮਾ ਲਿਆ ਕੇ ਉਹਨਾਂ ਬਜ਼ੁਰਗਾਂ ਦੀ ਯਾਦ ਵਿੱਚ ਤੁਹਾਡੀ ਸੇਵਾ 'ਚ ਬੇਨਤੀਆਂ ਕੀਤੀਆਂ ਨੇ। ਗੁਰੂ ਕਿਰਪਾ ਕਰੇ ਦੇਹੋ ਸੱਜਣੀਆਂ ਸੀ ਸੜੀਆਂ, ਜਿਉਂ ਹੋਵੇ ਸਹਿਜ ਸਿਉਂ ਮੇਲ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਆਸਾ ਸਿੰਘ ਜੀ ਦੇ ਨਾਲ ਜੋ ਜੀਵਨ ਦੀਆਂ ਯਾਦਾਂ ਜੁੜੀਆਂ ਸਾਨੂੰ ਤਮਾਮ ਸੰਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਸੋ ਉਹਨਾਂ ਦੀ ਜਥੇਬੰਦੀ ਵੱਲੋਂ ਉਹਨਾਂ ਦੇ ਹੋਣਹਾਰ ਪੁੱਤਰ ਸਰਦਾਰ ਅਜੈਬ ਸਿੰਘ ਜੀ ਨੂੰ ਸਰਬਵਾਉ ਜਿਹੜਾ ਦਿੱਤਾ ਗਿਆ ਹੈ ਅਤੇ ਉਹ ਇੱਥੇ ਮੌਜੂਦ ਨਹੀਂ ਹਨ, ਪਰ ਆਪਣੀ ਕੋਈ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਅਤੇ ਉਹ ਇੱਥੇ ਸਾਨੂੰ ਖੜਾ ਕੇ ਚੱਲਦੇ ਨੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਪ ਸੰਤਾਂ ਦੇ ਸਨਮੁੱਖ ਪੰਥ ਦੇ ਸਤਿਕਾਰ ਸੀਅਤ ਦਮਦਮੀ ਟਕਸਾਲ ਤੋਂ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ, ਉਹ ਆਪ ਸੰਤਾਂ ਦੇ ਨਾਲ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੁਝ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਬੜੀ ਆਦਿ ਸਤਿਕਾਰ ਸਾਹਿਬ ਉਹਨਾਂ ਦੇ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਵੇਲੀ ਵਿੱਚ ਜੁੜ ਬੈਠ ਕੇ ਬਾਬਾ ਬਾਪੂ ਆਸਾ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਉਹਨਾਂ ਦੇ ਦੁਸਹਿਰੇ ਵਿੱਚ ਆਪਾਂ ਸਮਾਗਮਾਂ ਸ਼ਾਮਿਲ ਹੋਏ ਹਾਂ। ਸਾਰੀ ਸੰਗਤ ਬੜੇ ਪਿਆਰ ਨਾਲ ਗੱਜ ਗੱਜ ਕੇ ਫਤਿਹ ਵਾਲਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੇ ਭਤੀਜੇ ਸੰਤ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਸੰਗਰਾਮਾਂ ਵਾਲੇ ਮਹਾਂਪੁਰਖਾਂ ਕੋਲੋਂ ਆਪ ਜੀ ਨੇ ਬਾਪੂ ਜੀ ਦੇ ਪ੍ਰਥਾਏ ਵਿੱਚ ਸਰਵਨ ਕੀਤੇ ਹੈ। ਉਹਨਾਂ ਤੋਂ ਪਹਿਲਾਂ ਰਾਗੀ ਸਿੰਘਾਂ ਤੋਂ ਇੰਨੀ ਲੋਕ ਦੇਖਦਿਆਂ ਕਿਹੜੀ ਚੱਲ ਗਈ ਔਰ
ਦੇਸ਼ ਦਾ ਪਰਮੋਹੇ ਦਿਲੇ ਸ਼ਬਦ ਔਰ ਇਸੇ ਤਰ੍ਹਾਂ ਦੇਹੋ ਸਜਨ ਅਸੀਸਰੀਆਂ ਜੋ ਹੋਵੇ ਸਹ ਸੁਮੇਲ ਕੀਰਤਨ ਸੋਹੇ ਦਾ ਸ਼ਬਦ ਗੁਰਮੁਖ ਜਨ ਸਵਾਰ ਕਰਕੇ ਚੱਲਿਆ ਇਹਨਾਂ ਸਾਰੇ ਸ਼ਬਦਾਂ ਦੇ ਕੀਰਤਨ ਸਰਵ ਕੀਤੇ ਬਾਪੂ ਜੀ ਦੀ ਯਾਦ ਵਿੱਚ ਬੈਠੇ ਹਾਂ ਗੁਰੂ ਘਰ ਦੀ ਮਰਿਆਦਾ ਦੁਸਹਿਰੇ ਦੇ ਸਵਾਲ ਇਸ ਤੋਂ ਬਾਅਦ ਸਿੱਖ ਦੀ ਕੋਈ ਹੋਰ ਕਿਰਿਆ ਕਰਮ ਜਾਂ ਕੋਈ ਉਹ ਜਿਹਾ ਕੁਛ ਦੇਰੇ ਦਾ ਸੰਸਾਰ ਅਤੇ ਦੁਸਹਿਰਾ ਔਰ ਦੁਸਹਿਰੇ ਦਾ ਵੀ ਨਿਜਮ ਗ੍ਰਸਤ ਨੇ ਕਿਉਂ ਬੰਨਿਆ ਕਿ ਖਾਲਸਾ ਸ਼੍ਰੋਮਣੀ ਹੈ ਸਾਰੇ ਪੁਰਾਣੇ ਜ਼ਮਾਨੇ 'ਚ ਚਾਰ ਤਰ੍ਹਾਂ ਦੇ ਲੋਕ ਸਨ ਇੱਕ ਸਵਾਰੀ ਕਰਦੇ ਸੀ ਸ਼ੂਦਰ ਪੰਦਰੀ ਕਰਦੇ ਸੀ ਵੈਸ ਤੇਰੀ ਕਰਦੇ ਸੀ ਕਤਰੀ ਅਤੇ ਗਿਆਰੀ ਕਰਦੇ ਸੀ ਬ੍ਰਹਮਾਰ ਵੀ ਕਹਿ ਖਾਲਸਾ ਸਭ ਤੋਂ ਸ਼੍ਰੋਮਣੀ ਹੈ ਇਹਦਾ ਦੁਸਹਿਰਾ ਹੋਏਗਾ ਸ਼੍ਰੋਮਣੀ ਬਣਾਇਆ ਸਾਰੇ ਸੰਸਾਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਅਤੇ ਅੱਜ ਦੁਸਹਿਰੇ ਦੇ ਸਮਾਗਮ ਵਿੱਚ ਸ਼ਾਮਲ ਹੋਇਆ ਮੈਂ ਬਾਪੂ ਜੀ ਦਾ ਤਕਰੀਬਨ 73-74 ਤੋਂ ਮੈਂ ਉਹਨਾਂ ਦੇ ਦਰਸ਼ਨ ਕਰਦਾ ਆ ਰਿਹਾ 1973-74 ਇਸ ਇਲਾਕੇ ਵਿੱਚ ਬਾਪੂ ਗੁਰਦੀਪ ਸਿੰਘ ਜੀ ਬਸੰਤ ਨਗਰ ਸਰਾਲੇ ਵਾਲੇ ਔਰ ਉਹਨਾਂ ਦਾ ਪਰਿਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਨਾਲ ਜੁੜਿਆ ਸੀ ਅੱਜ ਵੀ ਸਾਡੇ ਨਾਲ ਬਹੁਤ ਪਿਆਰ ਰੱਖਦੇ ਹੈ ਬਾਪੂ ਤਾਰਾ ਸਿੰਘ ਜੀ ਚੱਕੋਵਾਲ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਨਾਲ ਲੈਲਪੁਰ ਤੋਂ ਉਹਨਾਂ ਦੀ ਕਰਨੀ ਨੂੰ ਕੀਰਤ ਨੂੰ ਉਹਨਾਂ ਦੀ ਕਮਾਈ ਨੂੰ ਉਹਨਾਂ ਦੇ ਸਿਰੜ ਨੂੰ ਉਹਨਾਂ ਦੇ ਸਿਦਕ ਨੂੰ ਉਹਨਾਂ ਦੇ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਘਾਲਣਾ ਘਾਲੀ ਹੈ ਉਹਦੇ ਅੱਗੇ ਸਿਰ ਝੁਕਾ ਲਿਆ ਅੱਜ ਮੈਂ ਸਿੰਘ ਨੂੰ ਕਿਹਾ ਕਿ ਬੇਸ਼ੱਕ ਮੈਂ ਅਕਾਲੀ ਦਲ ਦੀ ਸੇਵਾ ਕਰਦਾ ਪਰ ਸਾਲ ਸ਼ਬਦ ਅੱਜ ਸੰਤ ਬਾਬਾ ਕਰਤਾਰ ਸਿੰਘ ਬਾਬਾ ਜਗੈਰ ਸਿੰਘ ਬਾਬਾ ਠਾਕੁਰ ਸਿੰਘ ਵਰਗੇ ਮਹਾਂਪੁਰਖ ਉਹ ਬੇਸ਼ੱਕ ਨਹੀਂ ਪਰ ਮੈਂ ਸਮੁੱਚੀ ਟਕਸਾਲ ਦੀ ਤਰਫੋਂ ਉਹਨਾਂ ਨੂੰ ਸਿਰ ਝੁਕਾ ਲਿਆ ਕਿ ਸਾਡੀ ਟਕਸਾਲ ਦਾ ਜੋ ਬਾਪੂ ਤੂੰ ਨਾਂ ਉੱਚਾ ਕੀਤਾ ਤੇਰਾ ਕਰਜ਼ਾ ਕਦੇ ਵੀ ਕੌਮ ਨਹੀਂ ਦੇ ਸਕੇਗੀ ਤੂੰ ਮਨ ਦਾ ਨਾਮ ਉੱਚਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰ ਜੋ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਦਾ ਔਰ ਮੈਂ ਬੇਨਤੀ ਕਰਾਂਗਾ ਸਰਦਾਰ ਸੁਰਜੀਤ ਸਿੰਘ ਜੀ ਕਾਲਾਗੋੜਾ ਜੋ ਕਿ ਮੈਂਬਰ ਐਸ ਜੀ ਪੀ ਸੀ ਵੀ ਹਨ ਔਰ ਜਥੇਬੰਦੀ ਨਾਲ ਵੀ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਉਪਦੇਸ਼ ਸਿੱਖ ਪੰਥ ਦੇ ਮਹਾਨ ਯੋਧੇ ਡਾਕਟਰ ਆਸਾ ਸਿੰਘ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਹੈ ਸਮੋਹ ਮੰਚ ਦਾ ਦਿਨ ਨਿਰਮਤਾ ਸਾਹਿਬ ਗੁਰੂ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰਾਉ ਨਾ ਕੋਰ ਹੈ ਰੰਗ ਨਾ ਕੋਰ ਕੇ ਵਾਰੀ ਆਪੋ ਆਪਣੀ ਕੋਈ ਨਾ ਮੰਦੇ ਪੀਰ ਦੇ ਮਹਾਂਵਾਕ ਅਨੁਸਾਰ ਡਾਕਟਰ ਆਸਾ ਸਿੰਘ ਜੀ ਅਕਾਲ ਪੁਰਖ ਵੱਲੋਂ ਵਾਸੀ ਹੋਈ ਸਵਾਸਥਾ ਦੇ ਪੁੱਜੀ ਆਪਣੇ ਪਰਿਵਾਰ ਦੇ ਵਿੱਚ ਤੇ ਸਿੱਖ ਪੰਥ ਦੀ ਆਨ ਤੇ ਸ਼ਾਨ ਦੇ ਲਈ ਸੇਵਾ ਕਰਕੇ ਇਸ ਦੁਨੀਆਂ ਤੋਂ ਚਲੇ ਗਏ ਹਨ ਮੈਂ ਤੋਂ ਪਹਿਲਾਂ ਸਾਰੇ ਬੁਲਾਰੇ ਨੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਮੈਂ ਮਾਲਵੇ ਦੇ ਵਿੱਚੋਂ ਆਇਆ ਬੇਸ਼ੱਕ ਨਾਮ ਹੈ ਉਹਨਾਂ ਦੇ ਦਰਸ਼ਨ ਕੀਤੇ ਨੇ ਪਰ ਉਹਨਾਂ ਦੇ ਜੀਵਨ ਬਾਰੇ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਜੋ ਪੜ੍ਹਿਆ ਉਹ ਤੋਂ ਬੜਾ ਮਾਣ ਮਹਿਸੂਸ ਹੁੰਦਾ ਕਿ ਬਾਪੂ ਆਸਾ ਸਿੰਘ ਜੀ ਨੇ ਸਾਰੀ ਜ਼ਿੰਦਗੀ ਕੌਮ ਲਈ ਸਾਡੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਸਿਧਾਂਤਾਂ ਲਈ ਸਮਰਪਣ ਕਰ ਦਿੱਤੀ ਹੈ ਜਿੱਥੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਨੇ ਦੱਸਿਆ ਉੱਥੇ ਮੈਂ ਸਮਝਦਾ ਕਿ ਆਪਾਂ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਆ ਸਿੱਖਿਆ ਲੈਣੀ ਆ ਸਤੇਜ ਸਕਦੇ ਸਾਹਿਬ ਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਸਾਧਾਂ ਦੇ ਫੁੱਲ ਦੇ ਭੇਟ ਕਰਨੇ ਪਰ ਮੈਂ ਬੇਨਤੀ ਕਰਦਾ ਮੈਂ ਮਾਲਵੇ ਨੂੰ ਆਇਆ ਕਿ ਅਨਪੜ੍ਹ ਹਾਂ ਅਸੀਂ ਇਸ ਧਰਤੀ ਨੂੰ ਸੇਧਾ ਕਰ ਲਈਆਂ ਆ ਉਹਨਾਂ ਨੂੰ ਸਾਧਾਂ ਦੇ ਸਤਿਕਾਰ ਭੇਟ ਕਰ ਲਈਆਂ ਬਹੁਤ ਵੱਡੀ
ਜਾਂ ਜੰਮੂ ਕਸ਼ਮੀਰ ਹੋ ਕੇ ਜਾਵੋਗੇ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਪੰਥ ਦਰ ਨਹੀਂ ਬੈਠੇ ਹੋ, ਰਸਤਾ ਤੁਹਾਡਾ ਸਾਰਿਆਂ ਦਾ ਇੱਕ ਹੈ, ਦਿੱਲੀ ਦੇ ਰਾਜ ਕਰਨ ਦਾ। ਪਰ ਅਸੀਂ ਇਹ ਦੇਖਣਾ ਵੀ ਸਾਡੇ ਰਸਤੇ 'ਚ ਰੋਣੇ ਕੌਣ ਬਣਦਾ, ਸਾਡੇ ਰਸਤੇ 'ਚ ਅਸਲੀਆਂ ਕੌਣ ਪਾਉਂਦਾ, ਇਹ ਗੱਲ ਅਸੀਂ ਸੋਚਣੀ ਹੈ। ਰਸਤਾ ਤੁਹਾਡਾ ਸਾਰਿਆਂ ਦਾ ਇੱਕ ਹੈ, ਜੇ ਤੁਸੀਂ ਇਕੱਠੇ ਹੋ ਕੇ ਇੱਕ ਵਧੀਆ ਰੋਡ 'ਤੇ ਚੱਲੋਗੇ ਤਾਂ ਖਾਲਸਾ ਪੰਥ ਦੀ ਜਿਹੜਾ ਰਾਜ ਹੋ ਸਕਦਾ, ਜਿਹੜੇ ਰਾਜ ਖਾਤਰ ਡਾਕਟਰ ਆਸਾ ਸਿੰਘ ਜੀ ਨੇ ਆਪਣੀ ਜ਼ਿੰਦਗੀ ਲਾਈ। ਸੋ ਮੈਂ ਤਾਂ ਤੁਹਾਨੂੰ ਨਿਰਭਰ ਕਰਦਾ ਇਸ ਬੇਨਤੀ ਕਰਦਾ ਕਿ ਹਰ ਇੱਕ ਮਨੁੱਖ ਨੇ ਇਸ ਦੁਨੀਆਂ ਤੋਂ ਜਦੋਂ ਚਲੇ ਜਾਣਾ, ਬਾਬਾ ਨਾਨਕ ਜੀ ਨੇ ਦੱਸਿਆ ਰਾਮ ਦਿਓ ਰਾਵਣ ਦਿਓ ਜਾਂ ਕੋ ਬਹੁ ਪਰਿਵਾਰ। ਰਾਮ ਵੀ ਇਸ ਦੁਨੀਆਂ 'ਤੇ ਆਇਆ ਅਤੇ ਰਾਵਣ ਵੀ ਇਸ ਦੁਨੀਆਂ 'ਤੇ ਆਇਆ, ਜਿਹੜੇ ਰਾਵਣ ਵਿਦਵਾਨ ਸੀ ਪਰ ਜੰਗੇ ਦੇ ਮਾਰੇ ਦੀ ਕਿਤਾਬ ਉਹਨਾਂ ਨੇ ਦੱਸ ਦਿੱਤੀ, ਬੇਸ਼ੱਕ ਸਾਡੇ ਧਰਮ ਨਾਲ ਉਹਨਾਂ ਦਾ ਕੋਈ ਬਹੁਤ ਵਾਸਤਾ ਨਹੀਂ ਸੀ। ਬਾਬਾ ਕਰਨਾ ਹੈ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ